ਕੈਪਟਨ ਸਰਕਾਰ ਨੇ ਘਰ ਘਰ ਨੌਕਰੀ ਕੀ ਦਿੱਤੀ ਪਰ ਉਸਨੇ ਹਰ ਵਰਗ ਵਿੱਚ ਸ਼ਰਾਬ ਦੇ ਠੇਕੇ ਜ਼ਰੂਰ ਦਿੱਤੇ। ਹੁਣ ਲੱਗਦਾ ਹੈ ਕਿ ਜਲਦੀ ਹੀ ਤੁਸੀਂ ਹਰ ਖੇਤਰ ਵਿੱਚ ਸ਼ਰਾਬ ਦੇ ਠੇਕੇ ਖੋਲ ਸਕਦੇ ਹੋ ਅਤੇ ਲੋਕਾਂ ਨੂੰ ਨਸ਼ਿਆਂ ਦਾ ਤੋਹਫਾ ਦੇ ਸਕਦੇ ਹੋ। ਸਰਕਾਰ ਦੀ ਕਾਰਜ ਸ਼ੈਲੀ ਤੇ ਸਵਾਲ ਖੜੇ ਕੀਤੇ ਜਾ ਰਹੇ ਹਨ। ਇੱਕ ਪਾਸੇ ਕਾਂਗਰਸ ਸਰਕਾਰ ਸੂਬੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਦੇ ਦਾਅਵੇ ਕਰ ਰਹੀ ਹੈ, ਦੂਜੇ ਪਾਸੇ ਜ਼ਿਲ੍ਹਾ ਕਪੂਰਥਲਾ ਦੇ ਹਰ ਕੋਨੇ ਵਿੱਚ ਸ਼ਰਾਬ ਦੇ ਠੇਕੇ ਖੁੱਲ ਰਹੇ ਹਨ। ਧਰਤੀ ਦੀ ਹਕੀਕਤ ਦੁਨੀਆ ਨੂੰ ਜ਼ਹਿਰ ਦੇ ਰਹੀ ਹੈ, ਉਹ ਵੀ ਧਾਰਮਿਕ ਸਥਾਨਾਂ ਦੇ ਨੇੜੇ ਖੁੱਲੇ ਠੇਕੇ। ਪਹਿਲਾ ਸ਼ਰਾਬ ਦਾ ਠੇਕਾ ਭਗਤ ਸਿੰਘ ਚੌਂਕ, ਦੂਜਾ ਸ਼ਿਵ ਮੰਦਿਰ। ਸ਼ਹਿਰ ਦਾ ਪ੍ਰਮੁੱਖ ਜਿਹੜਾ ਚੌਂਕਾਂ ਵਿੱਚੋਂ ਇੱਕ ਚੌਂਕ ਆਉਂਦਾ ਵਾ, ਜਿੱਥੇ ਵਾਲਮੀਕੀ ਚੌਂਕ ਵੀ ਜਿਹਨੂੰ ਆਪਾਂ ਕਹਿੰਦੇ ਹਾਂ, ਜਿੱਥੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ, ਉੱਥੇ ਗੁਰੂ ਘਰ ਵੀ ਨਜ਼ਦੀਕ ਆ ਅਤੇ ਸੈਮੀ ਕਮਰਸ਼ੀਅਲ ਏਰੀਆ ਵੀ ਆ। ਉੱਥੇ ਜਿਹੜਾ ਵਾ ਸ਼ਹਿਰ ਦੇ ਵਿੱਚੋਂ ਵਿੱਚ ਠੇਕਾ ਜਿਹੜਾ ਖੋਲ੍ਹਣਾ ਬਹੁਤ ਮਾੜੀ, ਇਹਨੂੰ ਮੈਂ ਕਹਿਣਾ ਚਾਹੁੰਦਾ ਜਿਹੜੀ ਸਰਕਾਰ ਦੀ ਅਤੇ ਠੇਕੇਦਾਰਾਂ ਦੇ ਸਿਸਟਮ ਦੀ ਮਾੜੀ ਜਿਹੜੀ ਆ ਇਹ ਘਟਨਾ ਵਾ। ਕਿਉਂ ਮਾੜੀ ਘਟਨਾ ਵਾ? ਇਸ ਕਰਕੇ ਕਿ ਸ਼ਹਿਰ ਦੀ ਆਵਾਜਾਈ ਆ ਸਭ ਤੋਂ ਵੱਡੀ ਗੱਲ। ਇਹ ਲੋਕਾਂ ਨੇ ਆਉਣਾ ਜਾਣਾ ਹੁੰਦਾ, ਲੋਕਾਂ ਦੀਆਂ ਧੀਆਂ ਭੈਣਾਂ ਨੇ ਉੱਥੋਂ ਲੰਘਣਾ ਹੁੰਦਾ, ਕਈਆਂ ਨੇ ਉੱਥੋਂ ਆਟੋ ਵੀ ਰੁਕਦੇ ਆ, ਆਟੋਆਂ ਦੇ ਵਿੱਚ ਬੀਬੀਆਂ ਨੇ, ਮਾਤਾਵਾਂ ਨੇ, ਭੈਣਾਂ ਨੇ ਬਹਿ ਕੇ ਜਾਣਾ ਹੁੰਦਾ। ਉੱਥੇ ਸ਼ਹਿਰ ਦੇ ਮੇਨ ਚੌਂਕ ਦੇ ਵਿੱਚ ਇਹ ਠੇਕਾ ਖੋਲ੍ਹ ਦਿੱਤਾ ਗਿਆ, ਜਿਹੜਾ ਸਰਕਾਰ ਦੇ ਉੱਤੇ ਜਿਹੜੇ ਆ ਕੁਝ ਠੇਕੇਦਾਰਾਂ ਦਾ ਰੈਵਨਿਊ ਸਿਸਟਮ ਮੈਨੂੰ ਲੱਗਦਾ ਟੈਕਸ ਭਰਦੇ ਆ ਇੰਨਾ ਹਾਵੀ ਹੋ ਚੁੱਕਿਆ, ਜੇ ਕੱਲ੍ਹ ਨੂੰ ਕੁਝ ਇੱਦਾਂ ਦੇ ਠੇਕੇਦਾਰ ਜਿਹੜੇ ਆ ਉਹ ਕੱਲ੍ਹ ਨੂੰ ਕਹਿਣਗੇ ਕਿ ਸ਼ਹਿਰਾਂ ਦੇ ਵਿੱਚ ਗਲੀਆਂ ਦੇ ਵਿੱਚ ਵੀ ਬ੍ਰਾਂਚਾਂ ਖੋਲ੍ਹ ਕੇ ਦਿੱਤੀਆਂ ਜਾਣ, ਅਤੇ ਮੈਨੂੰ ਤਾਂ ਲੱਗਦਾ ਸਰਕਾਰ ਜਿਹੜੀ ਮੌਜੂਦਾ ਸਰਕਾਰ ਆ ਉਹ ਕੁਝ ਠੇਕੇਦਾਰਾਂ ਦੇ ਮਗਰ ਲੱਗ ਕੇ ਇਹਨਾਂ ਨੂੰ ਗਲੀਆਂ ਦੇ ਵਿੱਚ, ਮਹੱਲਿਆਂ ਦੇ ਵਿੱਚ ਬ੍ਰਾਂਚਾਂ ਵੀ ਖੋਲ੍ਹ ਦੇਣਗੀਆਂ। ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਵਾਂ ਕਿ ਜੇ ਇਹੋ ਜਿਹੀਆਂ ਘਟਨਾਵਾਂ ਇਹ ਬਾਰ-ਬਾਰ ਕਪੂਰਥਲੇ ਸ਼ਹਿਰ ਦੇ ਵਿੱਚ ਦੁਹਰਾਉਂਦੇ ਰਹਿਣਗੇ, ਮੈਂ ਆਪਣੀ ਯੂਥ ਅਕਾਲੀ ਦੀ ਟੀਮ ਨੂੰ ਲੈ ਕੇ ਜਿਹੜਾ ਇਹ ਵਾਲਮੀਕੀ ਚੌਂਕ ਦੇ ਵਿੱਚ ਵੀ ਠੇਕਾ ਖੁੱਲ੍ਹਿਆ ਵਾ ਉਹਦਾ ਖਾਸ ਤੌਰ 'ਤੇ ਜਿਹੜਾ ਵਿਰੋਧ ਕਰਾਂਗੇ, ਕਿਉਂਕਿ ਸਾਨੂੰ ਯੂਥ ਜਿਹੜੀ ਆ ਉਹਨੂੰ ਨਸ਼ਿਆਂ ਤੋਂ ਦੂਰ ਕਰਨਾ ਵਾ, ਨਾ ਕਿ ਯੂਥ ਨੂੰ ਜਿਹੜਾ ਨਸ਼ਿਆਂ ਦੇ ਵੱਲ ਧਕੇਲਣਾ ਵਾ। ਇਹ ਬਹੁਤ ਮਾੜੀ ਘਟਨਾ ਮੈਨੂੰ ਕਹਿ ਸਕਦਾ ਵਾਂ, ਅਤੇ ਮੈਂ ਜਿਹੜੇ ਕੁਝ ਕੁ ਠੇਕੇਦਾਰ ਆ ਜਿਨ੍ਹਾਂ ਨੂੰ ਸਿਰਫ ਪੈਸਾ ਹੀ ਲੱਭ ਰਿਹਾ ਵਾ, ਉਹਨਾਂ ਨੂੰ ਇਹ ਨਹੀਂ ਪਤਾ ਕਿ ਲੋਕਾਂ ਦੀ ਜਿਹੜੀ ਜਾਨ ਮਾਲ ਦਾ ਜਿਹੜਾ ਵਾ ਹਿਫਾਜ਼ਤ ਕਿੱਦਾਂ ਕਰਨੀ ਆ। ਜਦੋਂ ਲੋਕ ਪ੍ਰੋਟੈਸਟ ਕਰਦੇ ਆ ਅਤੇ ਕੁਝ ਠੇਕੇਦਾਰ ਜਿਹੜੇ ਇੱਦਾਂ ਦੇ ਠੇਕੇਦਾਰ ਇਹਨਾਂ ਨੇ ਆ ਬ੍ਰਾਂਚਾਂ ਖੋਲ੍ਹੀਆਂ ਵਾ, ਉਹ ਉਹਨਾਂ ਨੂੰ ਆਪਣੀ ਪਾਵਰ ਦਿਖਾਉਂਦੇ ਆ, ਉਹਨਾਂ ਨੂੰ ਇਹ ਕਹਿੰਦੇ ਆ ਕਿ ਇਹਦੇ ਠੇਕਾ ਇੱਦਾਂ ਚੱਲੂਗਾ, ਇਹ ਸਰਕਾਰ ਨੂੰ ਟੈਕਸ ਭਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਜਥੇਦਾਰ ਸੁਖਜਿੰਦਰ ਸਿੰਘ ਬੱਬਰ। ਇਹ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਪਿਛਲੇ ਦਿਨੀ ਜੋ ਭਗਵਾਨ ਵਾਲਮੀਕ ਚੌਂਕ ਦੇ ਕੋਲ ਠੇਕਾ ਖੋਲ੍ਹਿਆ ਗਿਆ ਹੈ ਉਹ ਸ਼ਿਫਟ ਕਰਵਾਉਣ ਬਾਰੇ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਇੱਥੇ ਜਿਹੜੀ ਵੀ ਸੰਗਤ ਆਉਂਦੀ ਜਾਂਦੀ ਹੈ, ਕਿਉਂਕਿ ਦੋ ਗੁਰਦੁਆਰਾ ਸਾਹਿਬ ਆਸ-ਪਾਸ ਪੈਂਦੇ ਹਨ, ਉੱਥੋਂ ਦੇ ਜਿਹੜੇ ਦੁਕਾਨਦਾਰ ਵੀਰ ਹਨ, ਉੱਥੇ ਰਿਹਾਇਸ਼ਾਂ ਵੀ ਹਨ, ਉਹ ਸਾਰੇ ਇਸ ਗੱਲ 'ਤੇ ਇਤਰਾਜ਼ ਹੈ, ਉਹਨਾਂ ਨੂੰ ਸਖਤ ਇਤਰਾਜ਼ ਹੈ ਕਿ ਇਹ ਜਿਹੜਾ ਠੇਕਾ ਇੱਥੇ ਨਹੀਂ ਹੋਣਾ ਚਾਹੀਦਾ। ਅਸੀਂ ਉਹਨਾਂ ਦੇ ਨਾਲ ਖੜ੍ਹੇ ਹਾਂ ਅਤੇ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰਦਿਆਂ ਹੋਇਆਂ ਅਸੀਂ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਭਗਵਾਨ ਵਾਲਮੀਕ ਚੌਂਕ ਦੇ ਕੋਲ ਜਿਹੜਾ ਠੇਕਾ ਨਵਾਂ ਖੋਲ੍ਹਿਆ ਹੈ, ਇਹ ਹਫ਼ਤਾ ਕੁ ਪਹਿਲਾਂ ਖੋਲ੍ਹਿਆ ਹੈ, ਅਤੇ ਉਹਨੂੰ ਇਹ ਤੁਰੰਤ ਇੱਥੋਂ ਸ਼ਿਫਟ ਕੀਤਾ ਜਾਵੇ। ਜੇ ਪ੍ਰਸ਼ਾਸਨ ਸਾਡੀ ਬੇਨਤੀ ਨੂੰ ਨਹੀਂ ਸਵੀਕਾਰ ਕਰਦਾ ਤਾਂ ਅਸੀਂ ਫਿਰ ਆਉਣ ਵਾਲੇ ਦਿਨਾਂ ਵਿੱਚ ਆਪਣੀਆਂ ਸਿੱਖ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਇੱਥੇ ਰੋਸ ਪ੍ਰਦਰਸ਼ਨ ਕਰਾਂਗੇ, ਧਰਨਾ ਮੁਜ਼ਾਹਰਾ ਕਰਾਂਗੇ, ਤਾਂ ਜੋ ਜਿਹੜੀ ਸਾਡੀ ਆਵਾਜ਼ ਆ ਪ੍ਰਸ਼ਾਸਨ ਤੱਕ ਪਹੁੰਚ ਸਕੇ। ਬਿਲਕੁਲ ਸਰ, ਜੋਤਿਸ਼ਕ ਵਿਦਿਆ ਇੱਕ ਐਸਟ੍ਰੋਲੋਜਰ ਰੋਹਿਤ ਜੋਸ਼ੀ ਦਾ ਸਾਰੀ ਦੁਨੀਆ ਨੂੰ ਖੁੱਲਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ 'ਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਮਨਚਾਹਾ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਗਾਉਣਾ ਚਾਹੁੰਦੇ ਲਾਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ, ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀਆਂ ਸਮੱਸਿਆਵਾਂ ਦਾ ਸਮਾਧਾਨ। ਫੀਸ ਕਮ ਹੋਣ ਤੋਂ ਬਾਅਦ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਐਸਟ੍ਰੋਲੋਜਰ ਰੋਹਿਤ ਜੋਸ਼ੀ ਜੋ ਕਰਦੇ ਨੇ ਫ੍ਰੀ ਸੇਵਾ, ਫ੍ਰੀ ਸਮਾਧਾਨ 9998 26004।